ਜੀੜਿਆ ਪਰਦੇਸੀਆ ਪਰਦੇਸ ਵਿਦੇਸ਼ ਜਾਂ ਵਿਦੇਸ਼ ਪੰਜਾਬੀ ਵਿੱਚ ਪੁਰਾਣੇ ਵਰਤੀਂਦੇ ਸ਼ਬਦ ਹਨ। ਲਗਭਗ ਜਦੋਂ ਤੋਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਆਰੰਭ ਹੋਇਆ, ਪ੍ਰਮਾਣ ਵਜੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਹੁਤ ਸਾਰੇ ਫਰਮਾਨ ਵੇਖੇ ਜਾ ਸਕਦੇ ਹਨ। ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ, ਸਾਜਨ ਦੇਸ ਵਿਦੇਸ਼ੀ ਅੜੇ ਸਨੇਹੜੇ ਦੇਂਦੀ, ਪਿਰਸ ਪਰਦੇਸ ਸਿਧਾਏ ਜੀ ਅੜਿਆ ਪਰਦੇਸੀਆ। ਇੰਜ ਬਾਣੀ ਵਿੱਚ ਹੀ ਨਹੀਂ ਸਗੋਂ ਸਿੱਖ ਇਤਿਹਾਸ ਦਾ ਮੁੱਢ ਵੀ ਇਸ ਤੋਂ ਵੱਜਦਾ ਹੈ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਜੋ ਜਗਤ ਤਾਰਨ ਲਈ ਕੀਤੀਆਂ ਗਈਆਂ, ਉਹ ਵਿਦੇਸ਼ ਭਰਮਣ ਹੀ ਸਨ। ਦੇਸ਼ ਤੋਂ ਛੁੱਟ ਸ਼੍ਰੀ ਲੰਕਾ, ਈਰਾਨ, ਰੂਸ, ਅਫਗਾਨਿਸਤਾਨ, ਤੁਰਕੀ, ਇਰਾਕ, ਮੱਕਾ ਮਦੀਨਾ, ਮਿਸਰ ਆਦਿ ਦੇਸ਼ਾਂ 'ਚ ਚਰਨ ਪਾਉਣੇ ਇਸੇ ਕੜੀ ਦਾ ਆਰੰਭ ਹਨ। ਹਾਲਾਂਕਿ ਉਸ ਵੇਲੇ ਤਾਂ ਬੰਗਾਲ, ਸਿੱਕਮ, ਨੇਪਾਲ, ਅਸਾਮ, ਕਾਮਰੂਪ ਵੀ ਇਸੇ ਲੜੀ ਦੇ ਅਧੀਨ ਹੀ ਆਉਂਦੇ ਸਨ। ਸੋ ਸਿੱਟਾ ਇਹ ਨਿਕਲਦਾ ਹੈ ਕਿ ਪ੍ਰਦੇਸ ਵਿਦੇਸ਼ ਜਾਂ ਵਿਦੇਸ਼ ਲਈ ਪ੍ਰਵਾਸ ਕੋਈ ਨਵਾਂ ਨਹੀਂ ਹੈ। ਵਿਸ਼ਵ ਇਤਿਹਾਸ ਵਿੱਚ ਕੋਲੰਬਸ, ਵਾਸਕੋ ਡੀ ਗਾਮਾ, ਜਾਰਜ ਗਰੀਅਰਸਨ ਵਰਗੇ ਖੋਜੀ ਅਤੇ ਸਿਕੰਦਰ ਮਹਾਨ ਵਰਗੇ ਰਾਜੇ, ਬਾਬਰ, ਅਹਿਮਦ ਸ਼ਾਹ ਅਬਦਾਲੀ ਦੁਰਾਨੀ ਅਤੇ ਤੈਮੂਰ ਵਰਗੇ ਜਰਨੈਲ ਵੀ ਪ੍ਰਵਾਸ ਕਰਕੇ ਮਾਰਾ ਮਾਰਨ ਵਾਲੇ ਹੀ ਕਹੇ ਜਾ ਸਕਦੇ ਹਨ। ਮਹਾਰਾਜਾ ਰਣਜੀਤ ਸਿੰਘ ਵੀ ਇਸੇ ਪ੍ਰਕਾਰ ਦੇ ਮਹਾਰਾਜੇ ਹੋਏ ਹਨ। ਪੁਰਤਗਾਲੀ, ਫਰਾਂਸੀਸੀ ਅਤੇ ਬਲੈਤੀ ਗੋਰੇ ਵੀ ਪ੍ਰਵਾਸੀ ਬਣ ਕੇ ਭਾਰਤ ਆਏ। ਉਹਨਾਂ ਦੇ ਭਾਰਤ ਅਤੇ ਪੰਜਾਬ ਨੂੰ ਗੁਲਾਮ ਬਣਾ ਲੈਣ 'ਤੇ ਹੀ ਪੰਜਾਬ ਵੀ ਪਹਿਲਾਂ ਦੁਆਬਾ, ਫਿਰ ਹੁਣ ਤੱਕ ਮਾਝਾ, ਮਾਲਵਾ, ਸੱਤ ਸਮੁੰਦਰੋਂ ਪਾਰ ਦੀਆਂ ਧਰਤੀਆਂ 'ਤੇ ਅਪੜੇ। ਇਸੇ ਲਈ ਜ਼ਿਆਦਾ ਪ੍ਰਵਾਸ 18ਵੀਂ ਸਦੀ ਤੋਂ ਸ਼ੁਰੂ ਹੋ ਕੇ 19ਵੀਂ 20ਵੀਂ ਸਦੀ ਚੱਲਦਾ ਰਿਹਾ ਅਤੇ 21ਵੀਂ ਸਦੀ 'ਚ ਵਧੇਰੇ ਹੀ ਵੱਧ ਹੋ ਗਿਆ। ਇਸ ਦੇ ਅਨੇਕ ਕਾਰਨ ਹਨ। ਅੰਗਰੇਜ਼ਾਂ, ਬਲੈਤੀ ਗੋਰਿਆਂ ਦੇ ਰਾਜ ਵਿੱਚ ਸੂਰਜ ਦਾ ਨਾ ਡੁੱਬਣਾ ਅਰਥਾਤ ਦੁਨੀਆ ਦੇ ਵਧੇਰੇ ਹਿੱਸੇ 'ਤੇ ਕਬਜ਼ਾ ਹੋਣ ਕਾਰਨ ਆਵਾਜਾਈ ਦੀ ਖੁੱਲ੍ਹ ਸੀ, ਸਮੁੰਦਰੀ ਜਹਾਜ਼ਾਂ ਰਾਹੀਂ ਆਵਾਜਾਈ ਸੀ। ਕਿੰਨੇ ਹੀ ਦੇਸ਼ ਭਾਰਤੀ ਸਾਮਰਾਜ ਦਾ ਹਿੱਸਾ ਸਨ, ਜਿਵੇਂ ਮਲਾਇਆ, ਹਾਂਗਕਾਂਗ, ਬਰਮਾ, ਮਿਆਂਮਾਰ, ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਤਿੱਬਤ, ਸਿੱਕਮ, ਭੂਟਾਨ ਅਤੇ ਅਫਗਾਨਿਸਤਾਨ ਆਦਿ। ਆਧੁਨਿਕ ਵਿਗਿਆਨਕ ਯੁੱਗ ਵਿੱਚ ਹਵਾਈ ਜਹਾਜ਼ ਅਤੇ ਟੈਲੀਫੋਨ, ਮੋਬਾਈਲ ਆਦਿ ਦੀ ਖੋਜ ਨੇ ਪ੍ਰਵਾਸ ਨੂੰ ਹੋਰ ਸੁਖੈਨ ਅਤੇ ਆਮ ਬਣਾ ਕੇ ਹੋਰ ਅੱਗੇ ਵਧਾ ਦਿੱਤਾ ਹੈ। ਸੱਚਮੁੱਚ ਦੁਨੀਆ ਸੁੰਗੜ ਗਈ ਹੈ, ਇੱਕ ਪਰਿਵਾਰ ਬਣ ਗਈ ਹੈ। ਕਿਸੇ ਕੋਨੇ 'ਤੇ ਵੀ ਵਾਪਰਨ ਵਾਲੀ ਕੋਈ ਘਟਨਾ ਤਸਵੀਰਾਂ ਅਤੇ ਆਵਾਜ਼ਾਂ ਸਮੇਤ ਸਾਰੇ ਵਿਸ਼ਵ ਭਰ ਵਿੱਚ ਘਰ ਘਰ ਪਹੁੰਚ ਜਾਂਦੀ ਹੈ। ਇਸ ਨਾਲ ਵਿਸ਼ਵ ਸ਼ਾਂਤੀ ਦੀ ਲੋੜ ਹਰ ਪਾਸੇ ਅਨੁਭਵ ਹੋਣ ਲੱਗੀ ਹੈ ਅਤੇ ਸੰਸਾਰਕ ਭਾਈਚਾਰੇ 'ਚ ਵਾਧਾ ਹੋਇਆ ਹੈ। ਭਾਈਚਾਰਿਆਂ, ਨਸਲਾਂ, ਕੌਮਾਂ ਅਤੇ ਧਰਮਾਂ ਸਮੇਤ ਸੱਭਿਅਤਾਵਾਂ ਨੇੜੇ ਆਈਆਂ ਹਨ। ਆਪਸੀ ਆਦਾਨ ਪ੍ਰਦਾਨ ਨੇ ਅੱਬਲ ਅੱਲਾਹ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਅਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਅਤੇ ਵਸੁਧੈਵ ਕੁਟੰਬਕਮ ਦੇ ਅਮਰ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਸਭ ਤੋਂ ਵੱਧ ਭੂਮਿਕਾ ਨਿਭਾਈ ਹੈ। ਰੁਜ਼ਗਾਰ ਲਈ ਕੰਮ ਕਰਕੇ ਧਨ ਕਮਾ ਕੇ ਮੁੜ ਜਾਣ ਵਾਲਾ ਪ੍ਰਵਾਸ ਪਹਿਲਾਂ ਪਹਿਲ ਜ਼ਿਆਦਾ ਹੋਇਆ। ਅਜਿਹਾ ਬਲੈਤੀ ਗੋਰਿਆਂ ਵੱਲੋਂ ਵਿਸ਼ਵ ਯੁੱਧਾਂ 1914 ਤੋਂ 1919, 1939 ਤੋਂ 1945 ਸਮੇਂ ਫੌਜੀਆਂ ਦੇ ਪਰਾਈਆਂ ਧਰਤੀਆਂ 'ਤੇ ਜਾ ਕੇ ਲੜਨ ਨਾਲ ਵੀ ਹੋਇਆ ਅਤੇ ਹੁਣ UNO ਦੀ ਸ਼ਾਂਤੀ ਸੈਨਾ ਜਾਂ ਨਾਟੋ, ਸਾਰਕ ਦੇਸ਼ਾਂ ਦੇ ਅਮਨ ਪ੍ਰੋਗਰਾਮਾਂ ਅਧੀਨ ਜਾਣ ਵਾਲੀਆਂ ਸੈਨਾਵਾਂ, ਪੱਤਰਕਾਰਾਂ, ਰੈੱਡ ਕਰਾਸ ਆਦਿ ਰਾਹੀਂ ਕਿਸੇ ਨਾ ਕਿਸੇ ਰੂਪ ਵਿੱਚ ਚੱਲ ਰਿਹਾ ਹੈ। ਫਸਲਾਂ ਲਾਉਣ ਅਤੇ ਕੱਟਣ ਵਿੱਚ ਸਹਾਇਕ ਬਣਨ ਵਾਲੇ ਪੂਰਬੀਏ ਭਈਏ ਵੀ ਪੰਜਾਬ ਆ ਕੇ ਇੱਦਾਂ ਹੀ ਅਨੁਭਵ ਕਰਦੇ ਹਨ। ਪਹਿਲਾਂ ਪਹਿਲ ਇਸ ਅਮਲ ਦਾ ਵਿਰੋਧ ਵੀ ਕੀਤਾ ਗਿਆ, ਪਰੰਤੂ ਲਾਭ ਹਾਣ ਵੇਖ ਕੇ ਇਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ, ਕਿਉਂਕਿ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇਟਲੀ, ਡਬਈ, ਦੋਹਾ, ਕਤਰ, ਮਸਕਟ, ਡਬਈ, ਇੰਗਲੈਂਡ ਜਾਣ ਵਾਲੇ ਭਾਰਤੀਆਂ ਅਤੇ ਪੰਜਾਬੀਆਂ ਦੀ ਵੀ ਇਹੋ ਸਥਿਤੀ ਬਣਦੀ ਹੈ। ਉੱਧਰ ਜਾ ਕੇ ਕੇਵਲ ਕੰਮ ਢੰਗ ਦਾ ਹੀ ਫਰਕ ਹੈ। ਗੁਲਾਮ ਹੋਏ ਦੇਸ਼ਾਂ ਦੇ ਅਸਲ ਮਾਲਕ ਮੂਲ ਵਾਸੀਆਂ ਦਾ ਵੀ ਸਭ ਦੇਸ਼ਾਂ ਵਿੱਚ ਇੱਕੋ ਜਿਹਾ ਮਾੜਾ ਹਸ਼ਰ ਹੈ, ਜਿਸ ਬਾਰੇ ਸੋਚਣਾ ਬਣਦਾ ਹੈ ਅਤੇ ਉਹਨਾਂ ਦੀਆਂ ਜੀਵਨ ਹਾਲਤਾਂ ਸੁਧਾਰ ਕੇ ਸਮੇਂ ਦੇ ਹਾਣੀ ਬਣਾ, ਉਹਨਾਂ ਨੂੰ ਵੀ ਮੁੱਖ ਧਾਰਾ ਦੇ ਨਾਲ ਜੋੜ, ਸਮਾਨ ਬਰਾਬਰ ਲਿਆਉਣਾ ਮਾਨਵੀ ਜ਼ਰੂਰਤ ਹੈ। ਨਹੀਂ ਤਾਂ ਆਟਾ ਦਾਲ ਸਕੀਮਾਂ, ਮਿਡ ਡੇ ਮੀਲ ਸਕੀਮਾਂ ਜਿਵੇਂ ਭਾਰਤ ਦੇ ਵਿੱਚ ਪੰਜਾਬ ਵਿੱਚ ਚੱਲਦੀਆਂ ਨੇ, ਉਸ ਪ੍ਰਕਾਰ ਉਹਨਾਂ ਨੂੰ ਵੀ ਕੰਮ ਤੋਂ ਆਝੇ ਬਣਾ ਕੇ ਇੱਥੇ ਖਤਮ ਕਰਨ ਵਾਲੀ ਗੱਲ ਵੱਲ ਚੱਲ ਰਹੀ ਦੁਨੀਆ ਹੈ, ਇਸ ਬਾਰੇ ਸੋਚਣਾ ਬਣਦਾ ਹੈ। ਧੰਨਵਾਦ।